ਸਤਿ ਸ਼੍ਰੀ ਅਕਾਲ। ਮੇਰੇ ਯੂਟਿਊਬ ਚੈਨਲ 'ਤੇ ਆਪ ਦਾ ਬਹੁਤ ਬਹੁਤ ਸਵਾਗਤ ਹੈ। ਅੱਜ ਅਸੀਂ ਗੱਲ ਕਰਦੇ ਹਾਂ ਮਾਊਂਟ ਗੈਂਬੀਅਨ ਦੀ, ਸਿੰਕ ਹੋਲ ਬਾਗ ਜੋ ਕਿ ਮਾਊਂਟ ਗੈਂਬੀਅਨ ਵਿੱਚ ਹੈ। ਇਸ ਦਾ ਨਾਮ ਜੇਮਸ ਅੰਪਰਸਟਨ ਦੇ ਨਾਮ 'ਤੇ ਮਸ਼ਹੂਰ ਹੈ। ਇਸ ਸਿੰਕ ਹੋਲ ਬਾਗ ਦੀ ਖੂਬਸੂਰਤੀ ਮਨ ਨੂੰ ਭਾਉਂਦੀ ਹੈ। ਉੱਤੇ ਤੋਂ ਥੱਲੇ ਤੱਕ ਦੀ ਇਸਦੀ ਡੂੰਘਾਈ ਤਕਰੀਬਨ 30 ਤੋਂ 40 ਮੀਟਰ ਹੈ। ਉੱਤੋਂ ਲਮਕਦੀਆਂ ਹਰੀਆਂ ਹਰੀਆਂ ਵੇਲਾਂ ਬਹੁਤ ਮਨ ਨੂੰ ਪਾਉਂਦੀਆਂ ਹਨ। ਰੰਗ ਬਿਰੰਗੇ ਫੁੱਲ, ਹਰੀ ਹਰੀ ਘਾਹ ਮਨ ਨੂੰ ਬਹੁਤ ਲੁਭਾਉਂਦੀ ਹੈ। ਥੱਲੇ ਜਾਣ ਲਈ ਪੌੜੀਆਂ ਵੀ ਬਣੀਆਂ ਹੋਈਆਂ ਹਨ। ਜਦ ਅਸੀਂ ਉੱਪਰ ਤੋਂ ਥੱਲੇ ਤੱਕ ਦੇਖਦੇ ਹਾਂ ਤਾਂ ਬੜਾ ਅਦਭੁਤ ਨਜ਼ਾਰਾ ਨਜ਼ਰ ਆਉਂਦਾ ਹੈ। ਹਰ ਪਾਸੇ ਹਰਿਆਵਲ ਹੀ ਹਰਿਆਵਲ, ਰੰਗ ਬਿਰੰਗੇ ਫੁੱਲ ਜਿਨ੍ਹਾਂ ਨੂੰ ਵੇਖ ਕੇ ਮਨ ਖੁਸ਼ ਹੋ ਜਾਂਦਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਸਿੰਕ ਹੋਲ ਨੂੰ ਦੇਖਣ ਦੀ ਕੋਈ ਟਿਕਟ ਨਹੀਂ ਹੈ, ਹਰ ਕੋਈ ਜਾ ਕੇ ਇਸ ਨੂੰ ਦੇਖ ਸਕਦਾ ਹੈ। ਇਸ ਸਿੰਕ ਹੋਲ ਬਾਗ ਨੂੰ ਦੇਖ ਕੇ ਮਨ ਬਹੁਤ ਖੁਸ਼ ਹੁੰਦਾ ਹੈ। ਇਸ ਵਿੱਚ ਬਹੁਤ ਸਾਰੀਆਂ ਵੱਡੀਆਂ ਵੱਡੀਆਂ ਖੁੱਡਾਂ ਬਣੀਆਂ ਹੋਈਆਂ ਹਨ ਜਿੱਥੇ ਪੰਛੀ ਅਤੇ ਪੌਸਮ ਨਾਂ ਦੇ ਜਾਨਵਰ ਰਹਿੰਦੇ ਹਨ, ਜੋ ਰਾਤ ਨੂੰ ਨਿਕਲਦੇ ਹਨ ਅਤੇ ਦਿਨ ਵੇਲੇ ਉਹਨਾਂ ਨੂੰ ਨਹੀਂ ਦਿਖਦਾ। ਅਦਭੁਤ ਨਜ਼ਾਰਾ ਵੇਖਣ ਨੂੰ ਮਿਲਦਾ ਹੈ। ਬੜਾ ਵਧੀਆ ਨਜ਼ਾਰਾ ਨਜ਼ਰ ਆ ਰਿਹਾ ਹੈ। ਜੇ ਆਪ ਨੂੰ ਮੇਰੀ ਇਹ ਵੀਡੀਓ ਪਸੰਦ ਆਏ ਤਾਂ ਲਾਈਕ ਅਤੇ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਣਾ। ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ।